ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਆ ਦੇਖੋ ਤੁਸੀਂ ਜੰਮੂ ਦੇ ਹਾਲ। ਇਸ ਵਕਤ ਜੰਮੂ ਦੇ ਸਾਰੇ ਕਸ਼ਮੀਰੀ ਵੀਰ ਜਿਹੜੇ ਨੇ ਇਹ ਆਪਣੀਆਂ ਗੱਡੀਆਂ ਲੈ ਕੇ ਗੁਰੂ ਘਰ ਦੇ ਵਿਚ ਆ ਗਏ ਨੇ, ਕਿਉਂਕਿ ਬਾਹਰ ਦੇ ਹਾਲਾਤ ਇਹਨਾਂ ਨੂੰ ਪਤਾ ਹੈ, ਖਤਰਾ ਤੇ ਅਸੀਂ ਜੇ ਸੇਫ ਹਾਂ ਤੇ ਗੁਰੂ ਘਰ ਵਿਚ ਆ। ਤੁਸੀਂ ਦੇਖੋ ਤੇ ਆਹ ਸਾਰੇ ਕਸ਼ਮੀਰੀ ਵੀਰ ਆ ਜੰਮੂ ਗੁਰਦੁਆਰਾ ਸਾਹਿਬ ਇਕੱਠੇ ਹੋਏ ਨੇ। ਇਹ ਵੀਰ ਜਿਹੜੇ ਨੇ ਆਹ ਗੱਡੀਆਂ ਤੁਸੀਂ ਤਮਾਮ ਦੇਖੋ, ਆਹ ਗੁਰੂ ਘਰ ਚੰਦ ਨਗਰ ਜੰਮੂ, ਕਿਉਂਕਿ ਇਹਨਾਂ ਵੀਰਾਂ ਨੂੰ ਪਤਾ ਅਸੀਂ ਇੱਥੇ ਇਕਦਮ ਸੇਫ ਹਾਂ। ਇਹ ਵੀਰ ਇੱਥੇ ਹੀ ਲੰਗਰ ਛਕਦੇ ਨੇ ਤੇ ਇੱਥੇ ਹੀ ਜਿਹੜੇ ਵੀਰ ਨੇ ਰਾਤ ਨੂੰ ਗੁਰੂ ਘਰਾਂ ਦੇ ਵਿਚ ਰਹਿੰਦੇ ਨੇ। ਆਹ ਜੰਮੂ ਚੰਦ ਨਗਰ ਗੁਰੂ ਘਰ ਹੈ ਸਤਸੰਗਤ, ਆਹ ਤੁਸੀਂ ਵੇਖੋ ਸਾਰੇ ਦੇ ਸਾਰੇ ਵੀਰ ਗੱਡੀਆਂ ਲਾ ਕੇ ਇੱਥੇ ਬੈਠੇ ਹੋਏ ਨੇ ਇਸ ਵਕਤ, ਕਿਉਂਕਿ ਇਹਨਾਂ ਨੂੰ ਪਤਾ ਇੱਥੇ ਖਤਰਾ ਜਿਹੜਾ ਹੈ ਕੋਈ ਨਹੀਂ ਹੈਗਾ। ਸੋ ਸਤਸੰਗਤ, ਆ ਸਿੱਖ ਕੌਮ ਦੀ ਇੱਕ ਵਿਲੱਖਣਤਾ ਕਿ ਜੋ ਸਾਹਿਬਾਂ ਨੇ ਕਹਿਤਾ ਕਿ ਚੌਂ ਵਰਨਾ ਨੂੰ ਸਾਂਝਾ ਉਪਦੇਸ਼, ਇੱਥੇ ਨਾ ਕੋਈ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਮਣਿਆਈ, ਇਸ ਗੱਲ ਦੀ ਮਿਸਾਲ ਤੁਹਾਡੇ ਸਾਹਮਣੇ ਆ ਦੇਖੋ ਜੀ। ਸਤਸੰਗਤ ਦਰਸ਼ਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।